ਔਰ ਮੋਦੀ ਚਾਰ ਨੂੰ ਜਾ ਰਿਹਾ ਜੀ, ਮੋਦੀ ਚਾਰ ਦਾ ਬਿਸਲਾ ਗੋਲ ਹੋ ਰਿਹਾ ਮੋਦੀ ਦਾ। ਮੋਦੀ ਜੀ ਲਗਾਤਾਰ ਰੈਲੀਆਂ ਕਰ ਰਹੇ ਨੇ, ਕੀ ਲੱਗਦਾ ਅਸਰ ਹੋਊਗਾ? ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਜਿਹੜੀ ਕਾਂਗਰਸ ਨੇ ਇੱਕ ਜਿਹੜੀ ਮਤਲਬ ਮੋਦੀ ਜੀ ਦੀ ਫੇਸ ਦੇ ਅੱਗੇ ਪਿਕਚਰ ਜਿਹੜੀ ਉਹਨਾਂ ਦੀ ਕਲੀਅਰ ਕੀਤੀ ਆ ਅਤੇ ਉਹਦੇ ਤੋਂ ਵਿਖਾਏ ਹੋਏ ਨੇ, ਉਹਨਾਂ ਨੂੰ ਆਪਣੀ ਹਾਰ ਦਿਖ ਰਹੀ ਆ। ਬਸ ਹੁਣ 2 ਘੰਟੇ ਇੱਥੇ ਲਗਾਵਾਂਗੇ ਜੀ, ਇਹ ਰੋਡ ਸ਼ੋਅ 6 ਤੋਂ ਪਹਿਲਾਂ ਖਤਮ ਕਰਨਾ ਹੈਗਾ। ਪਟਿਆਲੇ ਰੋਡ ਸ਼ੋਅ ਕਰ ਲਿਆ, ਰਾਜਪਥ ਕਰ ਲਿਆ, ਸਮਾਣੇ ਕਰ ਲਿਆ ਜੀ, ਹੁਣ 4ਥਾ ਰੋਡ ਸ਼ੋਅ ਇੱਥੇ ਹੈਗਾ ਜੀ। ਬਹੁਤ ਧੰਨਵਾਦੀਆਂ ਮੀਡੀਆ ਭਰਾਵਾਂ ਦੇ, ਬਹੁਤ ਧੰਨਵਾਦੀਆਂ ਲੋਕਾਂ ਦੇ ਜਿਨ੍ਹਾਂ ਨੇ ਭਰਪੂਰ ਸਹਿਯੋਗ ਦਿੱਤਾ ਸਾਰੀ ਮੁਹਿੰਮ ਦੇ ਦੌਰਾਨ। ਔਰ ਅੱਜ ਵੀ ਜੋ ਲੋਕਾਂ ਦਾ ਉਤਸ਼ਾਹ ਹੈ ਨਾਭੇ, ਤੁਸੀਂ ਦੇਖ ਸਕਦੇ ਹੋ ਲੋਕ ਕਿੰਨੇ ਮਤਲਬ ਉਤਸ਼ਾਹ ਵਿੱਚ ਨੇ, ਲੋਕ ਕਿੰਨੇ ਸ਼ੌਕ ਮਿਲਦੇ ਨੇ। ਉਮੀਦ ਹੈ ਕਿ ਆਪਾਂ ਇਹ ਸੀਟ ਚੰਗੇ ਮਾਰਜਨ ਨਾਲ ਕੱਢਾਂਗੇ। ਮੋਦੀ ਲਾਸਟ ਵਾਰੀ ਕਹਿ ਕੇ ਕਹਿੰਦਾ ਇਸ ਵਾਰੀ ਜਿਹੜਾ ਇੰਡੀਆ ਦਾ ਬਹੁਤ ਭੁਲੇਖੇ ਜਿਹਾ ਸ਼ਿਕਾਰ ਹੈ। ਸਾਰੇ ਜਿਹੜੇ ਮੀਡੀਆ ਵਿਸ਼ਲੇਸ਼ਕ ਹੈ ਉਹ ਦੱਸ ਰਹੇ ਨੇ ਕਿ ਇੰਡੀਆ ਲਾਸ਼ ਦੀ ਜਿਹੜੀ ਬਹੁਮਤ ਆ ਰਿਹਾ ਜੀ, ਔਰ ਮੋਦੀ ਚਾਰ ਨੂੰ ਜਾ ਰਿਹਾ ਜੀ, ਮੋਦੀ ਚਾਰ ਦਾ ਬਿਸਲਾ ਗੋਲ ਹੋ ਰਿਹਾ ਮੋਦੀ ਦਾ। ਅੱਜ ਦਾ ਰੋਡ ਸ਼ੋਅ ਬਹੁਤ ਹੀ ਵਧੀਆ ਹੋਣਾ ਕਿਉਂਕਿ ਇੱਕ ਦਿਨ ਰਹਿ ਗਿਆ ਸੀ, ਅੱਜ ਲਾਸਟ ਆ, ਅਤੇ ਇਹਦਾ ਜਿਹੜਾ ਮੈਸੇਜ ਲੋਕਾਂ ਦੇ ਵਿੱਚ ਬਹੁਤ ਵਧੀਆ ਜਾਊ। ਅਤੇ ਡਾਕਟਰ ਧਰਮਵੀਰ ਗਾਂਧੀ ਜੀ 4 ਤਰੀਕ ਨੂੰ ਵੱਡੇ ਮਾਰਜਨ ਨਾਲ ਜਿੱਤਣਗੇ। ਮੋਦੀ 4 ਤੱਕ ਜਿੰਨੇ ਮਰਜ਼ੀ ਚੋਣ ਬਣਾ ਲਏ, 4 ਤੋਂ ਬਾਅਦ ਲੋਕਾਂ ਨੇ ਭਜਾ ਦੇਣਾ ਮੋਦੀ ਨੂੰ। ਤੁਹਾਨੂੰ ਤੁਹਾਡੇ ਸਾਹਮਣੇ ਆ ਸਾਰਾ, ਅੱਜ ਪੂਰਾ ਨਾਭਾ ਹਲਕਾ ਅਤੇ ਗਾਂਧੀ ਜੀ ਦੇ ਨਾਲ ਆ, ਇਕੱਲਾ 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 ਸ਼ਹਿਰ ਦਾ ਦੁਕਾਨਦਾਰ ਬੰਦਾ ਵੀ ਬਾਹਰ ਨਿਕਲ ਕੇ ਧੁੱਪ ਦੇ ਵਿੱਚ ਖੜਾ ਗਾਂਧੀ ਜੀ ਦੇ ਸਵਾਗਤ, ਇਹ ਤਾਂ ਇੱਕ ਤਰਫਾ ਜਿੱਤ ਹੈ। ਮੋਦੀ ਜੀ ਲਗਾਤਾਰ ਰੈਲੀਆਂ ਕਰ ਰਹੇ ਨੇ, ਕੀ ਲੱਗਦਾ ਅਸਰ ਹੋਊਗਾ? ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਜਿਹੜੀ ਕਾਂਗਰਸ ਨੇ ਇੱਕ ਜਿਹੜੀ ਮਤਲਬ ਮੋਦੀ ਜੀ ਦੀ ਫੇਸ ਦੇ ਅੱਗੇ ਪਿਕਚਰ ਜਿਹੜੀ ਉਹਨਾਂ ਦੀ ਕਲੀਅਰ ਕੀਤੀ ਆ ਅਤੇ ਉਹਦੇ ਤੋਂ ਵਿਖਾਏ ਹੋਏ ਨੇ, ਉਹਨਾਂ ਨੂੰ ਆਪਣੀ ਹਾਰ ਦਿਖ ਰਹੀ ਆ। ਪੰਜਾਬ ਦੇ ਵਿੱਚ ਉਹਨਾਂ ਨੂੰ ਪਤਾ ਵੀ ਅਸੀਂ ਚੰਗੀ ਤਰ੍ਹਾਂ ਨਾਲ ਬੀਜੇਪੀ ਫੁੱਕ ਜਾਣੀ ਹੈ, ਇਸ ਲਈ ਪੰਜਾਬ ਦੇ ਵਿੱਚ ਵਾਰ ਵਾਰ ਆ ਕੇ ਉਹਨਾਂ ਲੋਡ ਮਹਿਸੂਸ ਹੋ ਰਹੀ ਰੈਲੀ ਦੇ, ਪਰ ਇਹ ਰੈਲੀਆਂ ਨਾਲ ਕੁਝ ਅਸਰ ਨਹੀਂ ਹੋਣਾ। ਬੇਤੁਕੇ ਬਿਆਨ ਨੇ, ਇਹ 400 ਪਾਰ ਨਹੀਂ ਜਮੀ ਪਾਰ ਜਾਣਗੇ ਜੀ, ਇਹ ਬਿਲਕੁਲ ਹੀ ਪਾਰ ਹੋ ਜਾਣਗੇ। 400 ਪਾਰ ਤਾਂ ਜਮੀ ਪਾਰ ਹੋ ਜਾਣਗੇ ਅਤੇ ਬਖਲਾਹਟ ਆ ਰੋਜ਼ ਮਤਲਬ ਬੇਤੁਕੇ ਬਿਆਨ ਦੇ ਰਹੇ ਨੇ ਜਿਹਦਾ ਕੋਈ ਸਿਰ ਮੂੰਹ ਨਹੀਂ। ਕਹਿੰਦੇ ਕਾਂਗਰਸ ਤੁਹਾਡੇ ਲੇਡੀਜ਼ ਨੂੰ ਕਹਿੰਦੇ ਨੇ ਵੀ ਤੁਹਾਡਾ ਮੰਗਲ ਸੂਤਰ ਖੋਲ੍ਹ ਲੈਣਗੀਆਂ, ਤੁਹਾਡੇ ਘਰੋਂ ਮੱਝਾਂ ਖੋਲ੍ਹ ਕੇ ਲੈ ਕੇ ਜਾਣਗੇ, ਇੱਕ ਅੱਧੇ ਬਿਆਨ ਦਿੰਦਾ ਅਤੇ ਬਖਲਾਹਟੀਆਂ ਹੋ ਕੇ